ਨਬੀ ਪਾਕ ਦੇ ਸਾਹਬਾਂ ਵੀ ਸ਼ਾਨ ਵਾਲੇ, ਨਬੀ ਦੀਆਂ ਬੀਵੀਆਂ ਸਾਡੀਆਂ ਮਾਵਾਂ ਵੀ ਬੋਲੋ ਉਹ ਵੀ ਸ਼ਾਨ ਵਾਲੀਆਂ, ਨਬੀ ਪਾਕ ਦੇ ਨਵਾਸੇ ਦੇ ਬੇਟੀ ਵੀ ਉਹ ਵੀ ਸ਼ਾਨ ਵਾਲੇ। ਸਾਡੇ ਨਬੀ ਕਿਸੇ ਦੀ ਗੁਸਤਾਖੀ ਜਾਇਜ਼, ਕਿਸੇ ਦੀ ਗੁਸਤਾਖੀ ਜਾਇਜ਼ ਨਹੀਂ। ਸੁਭਾਨ ਅੱਲਾ ਸੁਭਾਨ ਅੱਲਾ। ਮੇਰੇ ਪਾਕ ਇੱਕ ਜਨਾਬ ਸਾਹਬੀ ਨੇ ਜਨਾਬੇ ਹੁਜ਼ੈਫਾ ਬਿਨ ਯਮਾਨ ਰਜ਼ੀ ਅੱਲਾਹੁ ਤਾਲਾ ਸਹੀਹ ਬੁਖਾਰੀ ਦੇ ਅੰਦਰ ਆਉਂਦਾ ਹੈ, ਜਿਹੜੇ ਨਾ ਵਾਲਦਾ ਪਤਾ ਕੀ ਹੁੰਦੀ, ਵਾਲਦਾ ਦੀ ਹੁਜ਼ੈਫਾ ਉਹ ਬੇਟਾ ਗੱਲ ਤੇ ਸੁਣ ਜੀ, ਅੰਮਾ ਜੀ ਮੈਂ ਹਾਜ਼ਰ ਹਾਂ, ਪੁੱਤਰ ਮੈਨੂੰ ਇਹ ਤੇ ਦੱਸ ਆਕਾ ਦੀ ਮੁਲਾਕਾਤ ਕੀਤੀ ਹੈ ਕਿੰਨੇ ਕੁ ਦਿਨ ਹੋ ਗਏ, ਕਿੰਨਾ ਕੁ ਟਾਈਮ ਹੋ ਗਿਆ। ਮਾਂ ਜੀ ਬਸ ਮਸਰੂਫੀਅਤ ਦੇ ਅੰਦਰ ਇੰਨੇ ਦਿਨ ਤੇ ਇੰਨੇ ਦਿਨ ਬੀਤ ਚੁੱਕੇ ਨੇ, ਮੈਂ ਆਪਣੇ ਨਬੀ ਕੋਲ ਜਾ ਨਹੀਂ ਸਕਿਆ, ਅੱਲਾ ਦੀ ਨਬੀ ਦੀ ਮੁਲਾਕਾਤ ਨਹੀਂ ਕਰ ਸਕਿਆ। ਮਾਂ ਨੇ ਕਿਹਾ ਐ ਹੁਜ਼ੈਫਾ ਤੂੰ ਬੜਾ ਸੁਸਤ ਹੈ ਤੇ ਬੜਾ ਨਲਾਇਕ ਹੈ। ਮਾਂ ਦੇ ਅਲਫਾਜ਼ ਬੜੇ ਸਖਤ ਸਨ, ਇੱਕ ਹੋਰ ਵੀ ਲਫ਼ਜ਼ ਸਖਤ ਬੋਲ ਦਿੱਤਾ ਮਾਂ ਨੇ ਤੇ ਪੁੱਤਰ ਆਂਦਾ ਮਾਂ ਜੀ ਬਸ ਕਰ ਦੋ, ਵੇਖੋ ਹੁਣੇ ਤੁਹਾਡਾ ਪੁੱਤਰ ਨਬੀ ਪਾਕ ਨੂੰ ਬਸ ਗਿਆ। ਜਦੋਂ ਹੁਜ਼ੈਫਾ ਪਹੁੰਚੇ ਨੇ, ਹੁਜ਼ੈਫਾ ਬਿਨ ਯਮਾਨ ਰਜ਼ੀ ਅੱਲਾਹੁ ਤਾਲਾ ਪਿੱਛੇ ਜਾ ਕੇ ਹੁਜ਼ੂਰ ਦੇ ਮਗਰਬ ਦੀ ਨਮਾਜ਼ ਪੜ੍ਹੀਏ, ਜਿਹੜੀ ਨਮਾਜ਼ ਪੜ੍ਹੀਏ ਉਹ ਤੁਸੀਂ ਵੀ ਪੜ੍ਹਦੇ ਹੋ ਨਾ, ਅੱਲਾ ਕਰੇ ਇਹ ਸਾਰਾ ਮਹੱਲਾ ਨਮਾਜ਼ੀ ਬਣ ਜਾਵੇ। ਹਾਂਜੀ ਪੰਜਾਬੀ ਹੈ ਨਾ, ਮੈਂ ਉਰਦੂ ਤੇ ਬੋਲ ਹੀ ਨਹੀਂ ਰਿਹਾ, ਸਾਰੀ ਪੰਜਾਬੀ ਦੇ ਅੰਦਰ ਤਕਰੀਰ ਹੋ ਰਹੀ ਹੈ। ਮੇਰੇ ਸ਼ੇਖ ਨੇ ਪਹਿਲੇ ਉਰਦੂ ਕੀਤੀ ਤੇ ਮੈਂ ਅਲਹਮਦੁਲਿਲਾ, ਜਿੱਥੇ ਮਜਲਾ ਮਜਲਸ ਹੋਵੇ ਦੀ ਹੋਵੇ ਨਾ ਉੱਥੇ ਅਲਹਮਦੁਲਿਲਾ, ਜਿੱਥੇ ਪ੍ਰੋਫੈਸਰ ਮੁਕਲਾ ਵਗੈਰਾ ਉੱਥੇ ਉਰਦੂ ਕਰ ਲਈ ਦੀ ਹੈ, ਤੇ ਜਿੱਥੇ ਮਾਸ਼ਾਅੱਲਾ ਕੋਈ ਇੰਦਾ ਸਹਿਣ ਵਾਲਾ ਮਹੱਲਾ ਹੋਵੇ, ਜਿਹਦੀ ਸਮਝ ਆਏ ਉੱਥੇ ਮੇਰਾ ਅੰਦਾਜ਼, ਜਿਹੜਾ ਮੇਰਾ ਮੇਨ ਅੰਦਾਜ਼ ਉਹ ਹੈ ਜੀ, ਯਾਨੀ ਜਿਵੇਂ ਮੈਂ ਜੁਮਾ ਜਾਂ ਤਕਰੀਰਾਂ ਕਰਨਾ ਉਹ ਮੇਰਾ ਅੰਦਾਜ਼ ਮੇਨ ਇਹ ਹੋਈ ਹੈ। ਅੱਲਾ 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 ਤੁਹਾਨੂੰ ਵੀ ਖੁਸ਼ ਰੱਖੇ, ਅੱਲਾ ਤੁਹਾਨੂੰ ਆਬਾਦ ਰੱਖੇ, ਇਸ ਬਸਤੀ ਤੇ ਅੱਲਾ ਰਹਿਮਤ ਨਾਜ਼ਲ ਕਰੇ, ਮੇਰੀਆਂ ਮਾਵਾਂ ਰੂਹਾਨੀ ਭੈਣਾਂ ਆਈਆਂ, ਮੇਰੇ ਬੱਚੇ ਆਏ, ਬਜ਼ੁਰਗ ਆਏ, ਨੌਜਵਾਨ ਆਏ, ਅੱਲਾ ਸਾਰਿਆਂ ਦੇ ਘਰਾਂ ਦੇ ਤਰ੍ਹਾਂ ਮੇਰਾ ਹੁਕਮ ਨਾਜ਼ਲ ਕਰੇ, ਇਹਨਾਂ ਦੀਆਂ ਜੈਸੀ ਮਾਸ਼ਾ ਅੱਲਾ ਪੂਰੀਆਂ ਫਰਮਾਏ। ਮੇਰਾ ਬੇ ਹੁਜ਼ੈਫਾ ਬਿਨ ਯਮਾਨ ਰਜ਼ੀ ਅੱਲਾਹੁ ਤਾਲਾ ਮਗਰਬ ਦੀ ਨਮਾਜ਼ ਪੜ੍ਹੀ ਹੈ, ਮਗਰਬ ਦੀ ਨਮਾਜ਼ ਪੜ੍ਹ ਕੇ ਉੱਥੇ ਮਸਜਿਦ ਦੇ ਅੰਦਰ ਤਸ਼ਰੀਫ ਫਰਮਾ ਲਏ, ਇਸ਼ਾ ਦੀ ਨਮਾਜ਼ ਵੀ ਜਮਾਤ ਨਾਲ ਪੜ੍ਹੀ ਹੈ, ਇਸ਼ਾ ਦੀ ਨਮਾਜ਼ ਪੜ੍ਹੀ ਹੈ, ਬਾਬੂ ਉੱਠੇ ਨੇ, ਅੱਲਾ ਦੇ ਨਬੀ ਆਪਣੇ ਘਰ ਦੀ ਤਰਫ ਜਾਣਾ ਸ਼ੁਰੂ ਕਰ ਦਿੱਤਾ, ਮੇਰੇ ਹੁਜ਼ੈਫਾ ਵੀ ਉੱਠੇ ਤੇ ਪਿੱਛੇ ਆਸਤਾ ਆਸਤਾ ਨਬੀ ਪਾਕ ਦੇ ਪਿੱਛੇ ਜਾਣਾ ਸ਼ੁਰੂ ਕਰ ਦਿੱਤਾ, ਇਨਸਾਨ ਵੀ ਮਿਲੇ, ਉਹਨਾਂ ਨਾਲ ਗੱਲਾਂ ਬਾਤਾਂ ਗੁਲਾਸ ਦੀਆਂ ਕੀਤੀਆਂ, ਹਰ ਗੱਲ ਫਾਰਗ ਹੋਏ, ਹਜ਼ਰਤ ਹੁਜ਼ੈਫਾ ਸਹਿਣ ਦੇ ਖੜੇ ਰਹੇ, ਫਿਰ ਨਬੀ ਪਾਕ ਦੇ ਪਿੱਛੇ ਪਿੱਛੇ ਚੱਲ ਪਏ, ਅੱਲਾ ਦੇ ਨਬੀ ਨੂੰ ਮਹਿਸੂਸ ਹੋ ਗਿਆ ਕਿ ਜਨਾਬੇ ਹੁਜ਼ੈਫਾ ਬਿਨ ਯਮਾਨ ਆ ਰਹੇ ਨੇ, ਨਬੀ ਅਲੈਹਿ ਸਲਾਮ ਦੇ ਸਾਹਮਣੇ ਜਾ ਕੇ ਸਾਰੀ ਕਫੀਅਤ ਬਿਆਨ ਕਰ ਦਿੱਤੀ, ਇੰਜ ਵਾਲਦਾ ਨੇ ਭੇਜਿਆ ਤੇ ਇਹ ਕਫੀਅਤ ਤੇ ਇਹ ਗੱਲਬਾਤ ਹੈ, ਨਬੀ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ ਐ ਹੁਜ਼ੈਫਾ ਬਿਨ ਯਮਾਨ ਰਜ਼ੀ ਅੱਲਾਹੁ ਤਾਲਾ ਅੱਲਾ ਤੇਰੇ ਤੇ ਵੀ ਰਹਿਮਤ ਕਰੇ, ਹੁਜ਼ੈਫਾ ਅੱਲਾ ਤੇਰੀ ਮਾਂ ਤੇ ਵੀ ਰਹਿਮਤ ਕਰੇ, ਮਾਂ ਵਾਸਤੇ ਵੀ ਦੁਆਵਾਂ ਹੋ ਗਈਆਂ, ਜਨਾਬੇ ਹੁਜ਼ੈਫਾ ਵਾਸਤੇ ਵੀ ਦੁਆਵਾਂ ਹੋ ਗਈਆਂ, ਅੱਲਾਹੁ ਅਕਬਰ, ਜਨਾਬੇ ਹੁਜ਼ੈਫਾ ਨੂੰ ਅੱਲਾ ਦੇ ਨਬੀ ਨੇ ਫਰਮਾਇਆ ਹੈ ਹੁਣੇ ਹੁਣੇ ਅਸਮਾਨ ਤੋਂ ਇੱਕ ਫਰਿਸ਼ਤਾ ਹੈ ਜਿਹੜਾ ਅੱਜ ਤੱਕ ਕਦੀ ਵੀ ਅਸਮਾਨ ਤੋਂ ਜ਼ਮੀਨ ਤੇ ਨਹੀਂ ਉਤਰਿਆ, ਅੱਲਾ ਕੋਲੋਂ ਇਜਾਜ਼ਤ ਲੈ ਕੇ ਆਇਆ ਹੈ, ਅੱਲਾ ਉਹਨੇ ਆ ਕੇ ਆਖਿਆ ਹੈ ਤੁਹਾਡੀ ਬੇਟੀ ਫਾਤਿਮਾ ਪੂਰੀ ਜਹਾਨ ਦੀਆਂ ਜੰਨਤੀ ਔਰਤਾਂ ਦੀ ਸਰਦਾਰ ਹੋਏਗੀ, ਤੇ ਤੁਹਾਡਾ ਬੇਟਾ ਹਸਨ ਤੇ ਹੁਸੈਨ ਜਿਹੜੇ ਜੰਨਤੀ ਨੌਜਵਾਨਾਂ ਦੇ ਸਰਦਾਰ ਹੋਣਗੇ। ਸੁਭਾਨ ਅੱਲਾ ਸੁਭਾਨ ਅੱਲਾ, ਇਹ ਅਸਮਤਾ ਇਹ ਮੁਕਾਮ ਔਰ ਰਿਫਤ ਨਬੀ ਅਲੈਹਿ ਸਲਾਮ ਦੇ ਸਭ ਸਹਾਬਾ ਔਰ ਅਹਲੇ ਬੈਤ ਦੀਆਂ ਨੇ, ਵਕਤ ਬੜਾ ਥੋੜਾ ਔਰ ਕਲੀਲ ਔਰ ਸ਼ਾਰਟ ਕਟ ਸੀ, ਗਰਮੀ ਦਾ ਸ਼ਿੱਦਤ ਵਾਲਾ ਮੌਸਮ, ਅੱਲਾ ਤੁਹਾਡਾ ਮਿਲ ਬੈਠਣਾ ਕਬੂਲ ਫਰਮਾਏ, ਆਖਿਰ ਦਾਵਾਨਾ ਅਲਹਮਦੁਲਿਲਾਹ ਰੱਬਿਲ ਆਲਮੀਨ।